रेगुलर जिहड़ियां कंप्लेंट्स आ रही सी भी मोबाइल जिहड़े स्नैच हो रहे हैं उहदे विच चार आदमियों नूं अरैसट किया जिहदे विचों 90 65 एक पातों ते 25 जिहड़े एक तों जिहड़े असी मोबाइल कवर करन च कामयाब होए हैं। सीरियस फेंस है जिहड़ा वह टोका ते वह दिखा के ते उहदे नाल डरा के अंडर थ्रैट जिहड़ा मोबाइल तों चोरी किए जाते सी ਜਿਹੜੇ ਬੰਦੇ ਖਰੀਦ ਰਹੇ ਆ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਹੋਣਾ ਚਾਹੀਦਾ। ਜਿਵੇਂ ਅੱਜ ਵੀ ਇਹਦੇ ਵਿੱਚ ਇੱਕ ਟੈਲੀਕੋਮ ਸ਼ੋਪ ਚਲਾਉਂਦਾ ਆਪ ਹੀ ਚੋਰੀ ਦਾ ਮਾਲ ਖਰੀਦ ਲਿਆ ਆਪ ਹੀ ਵੇਚਤਾ ਆਪ ਹੀ ਨਾਲ ਵਿੱਚੋਂ ਦਾਲ ਆ ਕੇ ਚੋਰੀ ਕਰਨ ਤੁਰ ਪਿਆ। ਰੈਗੂਲਰ ਜਿਹੜੀਆਂ ਕੰਪਲੇਂਟਸ ਆ ਰਹੀਆਂ ਸੀ ਵੀ ਮੋਬਾਈਲ ਜਿਹੜੇ ਸਨੈਚ ਹੋ ਰਹੇ ਹੈ ਪੁਲਿਸ ਆਫਿਸਰ ਨੇ ਬਹੁਤ ਉਹਦੇ 'ਤੇ ਮਿਹਨਤ ਕੀਤੀ ਹੈ। JCP ਸਿਟੀ ਸੋਮਿਆਂ ਤੁਸ਼ਾਰ ਜਿਹੜੇ ADCP 4 ਅਤੇ ਮਨਦੀਪ SHO ਟਿੱਬਾ ਅਤੇ SHO PAU ਇਹਨਾਂ ਨੇ ਇਸ ਲਈ ਅਸੀਂ ਦੋ ਵੱਖ ਕੇਸਿਸ ਦੇ ਵਿੱਚ PAU ਅਤੇ ਟਿੱਬਾ ਦੇ ਵਿੱਚ ਸਾਡੇ ਪਰਚੇ ਦਰਜ ਹੋਏ ਆ ਉਹਦੇ ਵਿੱਚ ਚਾਰ ਆਦਮੀਆਂ ਨੂੰ ਅਰੈਸਟ ਕੀਤਾ ਜਿਹਦੇ ਵਿੱਚੋਂ 90 65 ਇੱਕ ਪਾਤੋਂ ਅਤੇ 25 ਜਿਹੜੇ ਇੱਕ ਤੋਂ ਜਿਹੜੇ ਅਸੀਂ ਮੋਬਾਈਲ ਕਵਰ ਕਰਨ 'ਚ ਕਾਮਯਾਬ ਹੋਏ ਹਾਂ। ਇਹ ਦੋ ਢੰਗ ਨਾਲ ਇਹਨਾਂ ਤੋਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਸੀ। ਇੱਕ ਤਾਂ ਰੇਲਵੇ ਸਟੇਸ਼ਨ ਦੇ ਵਿੱਚ ਜਦੋਂ ਸਵਾਰੀਆਂ ਉਹਦੇ 'ਤੇ ਰੇਲਵੇ ਸਟੇਸ਼ਨ ਦੇ ਵਿੱਚ ਚੜ੍ਹਦੀਆਂ ਅਤੇ ਉਹਦੀ ਪੋਕਟ ਮਾਰਨ ਵਾਲਾ ਇੱਕ ਚੱਕਰ, ਪਰ ਉਹਦੇ 'ਚ ਨਾਲੋਂ ਵੀ ਜ਼ਿਆਦਾ ਸੀਰੀਅਸ ਫੈਂਸ ਹੈ ਜਿਹੜਾ ਉਹ ਟੋਕਾ ਅਤੇ ਉਹ ਦਿਖਾ ਕੇ ਉਹ ਰਿਕਵਰ ਵੀ ਹੋਇਆ ਉਹਦੇ ਤੋਂ ਅਤੇ ਉਹਦੇ ਨਾਲ ਡਰਾ ਕੇ ਅੰਡਰ ਥਰੈਟ ਜਿਹੜਾ ਮੋਬਾਈਲ ਤੋਂ ਚੋਰੀ ਕੀਤੇ ਜਾਂਦੇ ਸੀ। ਅਤੇ ਇਸ ਕਰਕੇ ਇਹ ਮੋਬਾਈਲ ਜਿਹੜੇ ਮੈਨੂੰ ਲੱਗਦਾ ਵਨ ਆਫ ਦੀ ਬਿਗੈਸਟ ਰਿਕਵਰੀ ਹੋ ਗਈ ਜਿਹੜੇ 90 ਮੋਬਾਈਲਸ ਹੈ ਸਿਰਫ ਦੋ ਕੇਸਿਸ ਦੇ ਵਿੱਚ। ਇਹਦੇ ਅਸੀਂ ਮੋਬਾਈਲ ਦੀ ਹੁਣ ਸਾਡਾ ਟਾਸਕ ਵੱਧ ਗਿਆ ਮੋਬਾਈਲ ਦੀ IME ਨੰਬਰ ਤੋਂ ਜਿਹੜੇ ਰਾਈਟਫੁੱਲ ਓਨਰਸ ਹੈ ਜਿਹੜੇ ਮਾਲਕ ਹੈ ਜਿਨ੍ਹਾਂ ਤੋਂ ਖੋਏ ਗਏ ਹੈ ਉਹਨਾਂ ਦਾ ਪਤਾ ਕਰਕੇ ਇੱਕ ਤੁਹਾਡੇ ਰਾਹੀਂ ਰਿਕੁਐਸਟ ਵੀ ਕਰੂੰਗਾ ਵੀ ਇੱਕਦਮ ਰਾਸ਼ਨ ਨਾ ਕਰ ਲੈਣ ਵੀ ਸਾਡਾ ਮੋਬਾਈਲ ਸਾਨੂੰ ਟਾਈਮ ਦੇ ਦੇਣ ਅਫਸਰ ਅਸੀਂ ਸਾਈਬਰ ਸੈੱਲ ਵਾਲੇ ਲਾਵਾਂਗੇ ਇਹਦੇ ਵਿੱਚੋਂ IME ਨੰਬਰ ਕੱਢ ਕੇ ਫਿਰ ਉਹਦੀ ਕੰਪਨੀ ਦੀ ਡਿਟੇਲ ਲਵਾਂਗੇ ਵੀ ਕਿਹੜਾ ਸਿਮ ਯੂਜ਼ ਕੀਤਾ ਫਿਰ ਸਿਮ ਤੋਂ ਹੋ ਸਕਦਾ ਇਹਦੇ ਵਿੱਚੋਂ ਚੋਰੀ ਜਿਹੜਾ ਇਹਨਾਂ ਨੇ ਕੋਈ ਪਾ ਕੇ ਦੇਖਿਆ ਵੀ ਹੋਵੇ ਥੋੜ੍ਹਾ ਜਿਹਾ ਟਾਈਮ ਲੱਗੂਗਾ ਐਕਸਾਈਜ਼ ਦੇ ਵਿੱਚ ਪਰ ਮੈਨੂੰ ਉਮੀਦ ਹੈ ਵੀ ਅਸੀਂ ਜਲਦੀ ਰਾਈਟ ਫੋਰ ਓਨਰ ਟ੍ਰੇਸ ਕਰਕੇ ਉਹਨਾਂ ਨੂੰ ਹੈਂਡਓਵਰ ਕਰ। ਨਹੀਂ ਇਹਦੇ ਵਿੱਚ ਬਹੁਤ ਹੀ ਤੁਹਾਡਾ ਵਾਈਜ਼ ਕੁਐਸਚਨ ਹੈ ਜਿਹੜਾ ਚੋਰੀ ਦਾ ਮਾਲ ਇਹ ਪਤਾ ਹੋਣ ਕਰਕੇ ਜਿਹੜਾ ਕਿ ਸਮਾਰਟਫੋਨ ਸਾਨੂੰ ਲੱਗਦਾ ਵੀ 10-15 ਹਜ਼ਾਰ ਦਾ ਜਿਹੜਾ ਸਮਾਰਟਫੋਨ ਆ 20 ਹਜ਼ਾਰ ਦਾ ਅਤੇ ਕੋਈ ਦੁਕਾਨਦਾਰ ਜੇ 1500 ਅਤੇ 2000 ਦੇ ਵਿੱਚ ਉਹਨੂੰ ਖਰੀਦ ਰਿਹਾ ਇਹਦਾ ਗੱਲ ਉਹਨੂੰ ਮੰਨਣਾ ਚਾਹੀਦਾ ਵੀ ਉਹਨੂੰ ਪਤਾ ਹੈ ਵੀ ਇਹ ਚੋਰੀ ਦਾ ਅਤੇ ਇਹਦੇ ਨਾਲ ਨਾਲ ਜਿਹੜਾ ਬੰਦਾ ਉਸ ਦੁਕਾਨ ਦੇ ਵਿੱਚੋਂ ਜਿਹੜਾ 15-20 ਹਜ਼ਾਰ ਦਾ ਮੋਬਾਈਲ 3-4 ਹਜ਼ਾਰ ਰੁਪਏ ਦਾ ਖਰੀਦ ਰਿਹਾ ਅਤੇ ਉਹਨੂੰ ਵੀ ਸ਼ਾਇਦ ਪਤਾ ਵੀ ਇਹ ਚੋਰੀ ਦਾ। ਇਸ ਕਰਕੇ ਚੈਲੰਜ ਬਹੁਤ ਵੱਡਾ। ਅਸੀਂ ਵੀ ਜਿਹੜੇ ਇਹਦੇ ਜਿਵੇਂ ਤੁਸੀਂ ਬੜਾ ਤੁਹਾਡਾ ਵੈਲਿਡ ਸੁਜੈਸ਼ਨ ਹੈ ਵੀ ਜਿਹੜੇ ਬੰਦੇ ਖਰੀਦ ਰਹੇ ਹੈ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਹੋਣਾ ਚਾਹੀਦਾ। ਅਸੀਂ 100% ਜਿਵੇਂ ਅੱਜ ਵੀ ਇਹਦੇ ਵਿੱਚ ਇੱਕ ਟੈਲੀਕੋਮ ਸ਼ੋਪ ਚਲਾਉਂਦਾ ਛੋਟੀ ਜਿਹੀ ਸ਼ੋਪ ਹੈ ਜਿਹਦੇ ਵਿੱਚ ਦੇਖੋ ਆਪ ਹੀ ਚੋਰੀ ਦਾ ਮਾਲ ਖਰੀਦ ਲਿਆ ਆਪ ਹੀ ਵੇਚਤਾ ਆਪ ਹੀ ਨਾਲ ਵਿੱਚੋਂ ਦਾਲ ਆ ਕੇ ਚੋਰੀ ਕਰਨ ਤੁਰ ਪਿਆ। ਇਹ ਤਾਂ ਸਰਕੂਲੇਸ਼ਨ ਹੋ ਗਈ ਮੋਬਾਈਲ ਦੇ ਵਿੱਚ ਵੀ ਪੈਸੇ ਮੋਬਾਈਲ ਨੂੰ ਘੁਮਾਈ ਜਾਣਾ ਅਤੇ ਪੈਸੇ ਵਿੱਚੋਂ ਉਹ ਕਰੀ ਜਾਣਾ ਹੈ। ਇਹੀ ਮਾੜੇ ਧੰਦੇ ਆ ਜਿਹੜੇ ਅਸੀਂ ਬੰਦ ਕਰਾਉਣੇ ਆ।